ਘੱਟ ਤੋਂ ਘੱਟ ਇਹਨੂੰ ਪੇਂਟਿੰਗ ਨੂੰ 1 ਵੀਕ ਲੱਗਦਾ ਕਰਨ। ਮੇਰੀ ਇੱਕ ਪਹਿਚਾਨ ਬਣੀ ਹੈ ਮੇਰੇ ਕੌਫੀ ਆਰਟ ਨਾਲ। ਇਸ ਹੁਨਰ ਨੂੰ ਉਭਾਰਨ ਦੇ ਵਿੱਚ ਮੇਰੇ ਮਦਰ ਦਾ ਬਹੁਤ ਹੱਥ ਹੈ। ਦਾਨ ਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਤੁਸੀਂ ਜਾਣਦੇ ਹੋ ਕਿ ਦਾ ਅਨਮਿਊਟ ਦਾ ਇੱਕ ਉਪਰਾਲਾ ਰਿਹਾ ਕਿ ਅਸੀਂ ਹਰ ਉਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਦਾ ਯਤਨ ਕੀਤਾ ਹੈ ਜੋ ਕਿਸੇ ਨਾ ਕਿਸੇ ਖੇਤਰ ਵਿੱਚ ਕੋਈ ਮੁਹਾਰਤ ਰੱਖਦਾ ਹੋਵੇ। ਅੱਜ ਅਜਿਹੀ ਸ਼ਖਸੀਅਤ ਹੀ ਮੇਰੇ ਨਾਲ ਹੈ ਜਿਨ੍ਹਾਂ ਨੇ ਕਲਾ ਦੇ ਖੇਤਰ ਵਿੱਚ ਆਪਣੇ ਹੁਨਰ ਨੂੰ ਕਾਗਜ਼ ਦੇ ਉੱਪਰ ਉਤਾਰਿਆ ਔਰ ਕੁਝ ਅਜਿਹੀਆਂ ਤਸਵੀਰਾਂ, ਕੁਝ ਅਜਿਹੀਆਂ ਪੇਂਟਿੰਗ ਤਿਆਰ ਕੀਤੀਆਂ ਜਿਹੜੀਆਂ ਹਰ ਕਿਸੇ ਦਾ ਧਿਆਨ ਖਿੱਚਦੀਆਂ ਨੇ ਆਪਣੇ ਵੱਲ ਨੂੰ। ਔਰ ਅਸੀਂ ਵੀ ਅੱਜ ਉੱਥੇ ਪਹੁੰਚੇ ਹੋਏ ਹਾਂ, ਤਸਵੀਰਾਂ ਦੇਖੀਆਂ ਨੇ ਔਰ ਮਨ ਨੂੰ ਖੁਸ਼ੀ ਮਹਿਸੂਸ ਹੋਈ ਆ। ਉਹਨਾਂ ਕੋਲੋਂ ਜਾਣਦੇ ਹਾਂ ਕਿ ਪੇਂਟਿੰਗ ਦਾ ਸ਼ੌਂਕ ਉਹਨਾਂ ਨੂੰ ਕਦੋਂ ਅਤੇ ਕਿਵੇਂ ਪਿਆ ਔਰ ਇਸ ਖੇਤਰ ਦੇ ਵਿੱਚ ਉਹਨਾਂ ਨੂੰ ਕੀ ਮੁਹਾਰਤ ਹਾਸਲ ਹੈ। ਮੇਰੇ ਨਾਲ ਮੈਡਮ ਸ਼ਵੇਤਾ ਮਹਿਰਾ ਜੀ ਮੌਜੂਦ ਨੇ ਜੋ ਅੰਮ੍ਰਿਤਸਰ ਤੋਂ ਨੇ ਔਰ ਕੌਫੀ ਦੇ ਨਾਲ ਉਹ ਪੇਂਟਿੰਗ ਤਿਆਰ ਕਰਦੇ ਨੇ। ਹੋਰ ਕੀ ਸ਼ੌਂਕ ਨੇ ਉਹਨਾਂ ਕੋਲੋਂ ਸੁਣਦੇ ਹਾਂ, ਜ਼ਿਆਦਾ ਵਿਸਥਾਰ 'ਚ ਪਤਾ ਲੱਗਿਆ। ਮੈਂ ਪਹਿਲਾਂ ਸਵਾਗਤ ਹੈ ਸਾਡੇ ਨਾਲ ਜੁੜਨ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣੇ ਚੈਨਲ 'ਤੇ ਮੈਨੂੰ ਬੁਲਾਉਣ ਦਾ। ਅੱਛਾ ਮੈਮ, ਸਟਾਰਟਿੰਗ 'ਚ ਹੀ ਗੱਲ ਕਰ ਲਈਏ, ਹੁਨਰ ਕੀ ਰੱਖਦੇ ਹੋ ਤੁਸੀਂ? ਕੌਫੀ ਆਰਟ ਬਾਰੇ ਤਾਂ ਤੁਸੀਂ ਗੱਲ ਕੀਤੀ, ਇਸ ਤੋਂ ਇਲਾਵਾ ਕੀ ਸ਼ੌਂਕ ਨੇ? ਹਾਂਜੀ, ਕੌਫੀ ਆਰਟ ਪੇਂਟਿੰਗਸ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਰਿਹਾ ਵੈ। ਪੇਂਟਿੰਗਸ ਵਿੱਚ ਮੈਂ ਡਿਫਰੈਂਟ ਵਰਾਇਟੀ 'ਚ ਜਿਹੜਾ ਹੈ ਉਹ ਕੰਮ ਕਰੀਦਾ। ਕੌਫੀ ਆਰਟ 'ਚ ਕੰਮ ਕਰੀਦਾ, ਐਕਰੈਲਿਕਸ 'ਚ ਕਰੀਦਾ, ਓਇਲ 'ਚ ਕਰੀਦਾ, ਫੈਬਰਿਕ ਪੇਂਟਿੰਗ, ਸੂਟਸ, ਦੁਪੱਟੇ, ਸਾੜੀਜ਼, ਇਹ ਕੰਮ ਵੀ ਜਿਹੜਾ ਹੈਗਾ ਅਸੀਂ ਕਰਦੇ ਹਾਂ। ਬਾਕੀ ਇਸ ਤੋਂ ਇਲਾਵਾ ਮੈਨੂੰ ਮਿਊਜ਼ਿਕ ਦਾ ਸ਼ੌਂਕ ਹੈ ਔਰ ਡਾਂਸਿੰਗ ਦਾ ਵੀ ਸ਼ੌਂਕ ਹੈ। ਪ੍ਰੋਫੈਸ਼ਨ ਕੀ ਹੈ ਇਸ ਤੋਂ ਇਲਾਵਾ, ਪ੍ਰੋਫੈਸ਼ਨਲ ਤੌਰ 'ਤੇ ਕੀ ਕਰਦੇ ਹੋ ਤੁਸੀਂ? ਪ੍ਰੋਫੈਸ਼ਨਲ ਤੌਰ 'ਤੇ ਆਈ ਐਮ ਆਰਟ ਟੀਚਰ ਇਨ ਅ ਰਿਪਿਊਟਡ ਸਕੂਲ। ਆਈ ਟੀਚ ਇਨ ਫੋਰਸ ਮਾਡਰਨ ਹਾਈ ਸਕੂਲ ਇਨ ਅੰਮ੍ਰਿਤਸਰ ਔਰ ਇਹਦੇ ਨਾਲ ਨਾਲ ਮੈਂ ਬੱਚਿਆਂ ਨੂੰ ਕਲਾਸਿਸ ਵੀ ਦਿੰਦੀ ਹਾਂ, ਜਿਨ੍ਹਾਂ ਨੇ ਮੇਰੇ ਕੋਲੋਂ ਸਿੱਖਣਾ ਹੋਵੇ ਉਹ ਸਿੱਖ ਸਕਦੇ ਨੇ। ਚਲੋ, ਟਾਈਮਿੰਗ ਕੀ ਹੁੰਦੀ ਹੈ ਸਕੂਲ ਦੀ, ਪਹਿਲਾਂ ਥੋੜ੍ਹਾ ਇਹਦੇ ਬਾਰੇ ਆਪਾਂ ਡਿਸਕਸ ਕਰ ਲਈ। ਹਾਂਜੀ, ਟਾਈਮਿੰਗਸ ਮੇਰੀ 8 to 2 ਹੁੰਦੀ ਹੈ, 8 to 2 ਵਜੇ ਤੱਕ ਜਿਹੜਾ ਹੈਗਾ ਉਹ ਟਾਈਮ ਰਹਿੰਦਾ ਸਕੂਲ ਦਾ। ਪੇਂਟਿੰਗ ਨੂੰ ਕਿੰਨਾ ਟਾਈਮ ਲੱਗਦਾ ਜਦੋਂ ਵੀ ਤੁਸੀਂ ਤਿਆਰ ਕਰਨ ਬੈਠਦੇ ਹੋ ਇਸਨੂੰ? ਪੇਂਟਿੰਗ ਨੂੰ ਦੇਖੋ ਡਿਪੈਂਡ ਕਰਦਾ ਹੈ ਪੇਂਟਿੰਗ ਦੇ ਸਾਈਜ਼ ਦੇ ਉੱਤੇ, ਪੇਂਟਿੰਗ ਦੇ ਥੀਮ ਦੇ ਉੱਤੇ। ਉਹ ਹਫ਼ਤੇ 'ਚ ਬਣਦੀ ਹੈ ਪੇਂਟਿੰਗ, ਉਹ ਪੇਂਟਿੰਗ 10 ਦਿਨ ਲੈਂਦੀ ਹੈ, ਉਹ ਪੇਂਟਿੰਗ 20 ਦਿਨ ਲੈਂਦੀ ਹੈ। ਘੱਟ ਤੋਂ ਘੱਟ ਕਿੰਨਾ ਸਮਾਂ ਨਿਰਧਾਰਿਤ ਕੀਤਾ ਤੁਸੀਂ? ਘੱਟ ਤੋਂ ਘੱਟ ਇਹਨੂੰ ਪੇਂਟਿੰਗ ਨੂੰ 1 ਵੀਕ ਲੱਗਦਾ ਕਰਨ 'ਚ। ਅਤੇ ਮੈਂ ਫਿਰ ਮੈਂ ਟਾਈਮਿੰਗ ਸਕੂਲ ਦੀ ਇਸ ਕਰਕੇ ਤੁਹਾਡੇ ਕੋਲ ਪਹਿਲਾਂ ਪਤਾ ਕੀਤੀ ਹੈ ਕਿ ਮੈਨੇਜ ਕਿਵੇਂ ਕਰਦੇ ਹੋ ਸਾਰਾ ਟਾਈਮ ਸਕੂਲ ਤੋਂ ਬਾਅਦ ਵਿੱਚ ਆ ਕੇ, ਕਿਉਂਕਿ ਘਰ ਦੇ ਹੋਰ ਵੀ ਛੋਟੇ ਮੋਟੇ ਕਈ ਕੰਮ ਹੁੰਦੇ ਨੇ ਜਿਹੜੇ ਘਰ ਦੀਆਂ ਸੁਆਣੀਆਂ ਨੂੰ ਕਰਨੇ ਪੈਂਦੇ ਨੇ, ਉਹਨਾਂ ਤੋਂ ਇਲਾਵਾ ਫਿਰ ਕਿਵੇਂ ਮੈਨੇਜ ਹੁੰਦਾ? ਹਾਂਜੀ ਬਿਲਕੁਲ, ਪਹਿਲੇ ਜਿਹੜੇ ਸਕੂਲ ਦੇ ਕੰਮ, ਸਕੂਲ ਤੋਂ ਬਾਅਦ ਫਿਰ ਘਰ ਦੇ ਕੰਮ, ਜਦੋਂ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਭਾਵੇਂ ਮੈਂ ਉਹ ਘੰਟਾ ਦੇਵਾਂ ਜਾਂ 2 ਘੰਟੇ ਦੇਵਾਂ, ਤਾਂ ਮੈਂ ਜ਼ਰੂਰ ਆਪਣਾ ਟਾਈਮ ਹੈ ਜਿਹੜਾ ਉਹ ਦਿੰਦੀ ਹਾਂ ਆਪਣੇ ਆਰਟ ਨੂੰ। ਸੋ ਲੋਕ ਮੰਨਦੇ ਨੇ ਕਿ ਪਰਮਾਤਮਾ ਨੇ ਹਰ ਕਿਸੇ ਨੂੰ ਕਿਸੇ ਨਾ ਕਿਸੇ ਕਲਾ ਨਾਲ ਨਿਵਾਜਿਆ ਜ਼ਰੂਰ ਹੈ, ਉਹ ਵੱਖਰੀ ਗੱਲ ਹੈ, ਕਿਸੇ ਨੂੰ ਸਮਾਂ ਰਹਿੰਦਿਆਂ ਪਛਾਣ ਹੋ ਜਾਂਦੀ ਹੈ, ਕਿਸੇ ਨੂੰ ਸਮਾਂ ਲੰਘ ਕੇ ਪਹਿਚਾਣ ਹੁੰਦੀ ਹੈ, ਕੁਝ ਮੇਰੇ ਵਰਗੇ ਹੁੰਦੇ ਜਿਹਨਾਂ ਨੂੰ ਸਾਰੀ ਉਮਰ ਵੀ ਪਤਾ ਨਹੀਂ ਲੱਗਦਾ ਕਿ ਉਹਨਾਂ ਕੋਲ ਹੁਨਰ ਕਿਸ ਗੱਲ ਦਾ ਹੈ। ਸੋ ਤੁਹਾਨੂੰ ਇਸ ਗੱਲ ਦਾ ਅਨੁਭਵ ਕਦੋਂ ਹੋਇਆ ਕਿ ਇਹ ਹੁਨਰ ਮੇਰੇ ਕੋਲ ਹੈਗਾ, ਮੈਂ ਇਸ ਨੂੰ ਕਾਗਜ਼ 'ਤੇ ਉਤਾਰ ਸਕਦੀ ਹਾਂ, ਲੋਕਾਂ ਸਾਹਮਣੇ ਲੈ ਕੇ ਆ ਸਕਦੀ ਹਾਂ? ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ। ਮੈਨੂੰ ਇਹ ਜਿਹੜਾ ਮੇਰਾ ਹੁਨਰ ਹੈ ਨਾ, ਇਸ ਹੁਨਰ ਨੂੰ ਉਭਾਰਨ ਦੇ ਵਿੱਚ ਮੇਰੇ ਮਦਰ ਦਾ ਬਹੁਤ ਹੱਥ ਹੈ। ਇਹ ਟੈਲੈਂਟ ਉਹਨਾਂ ਨੇ ਮੇਰਾ ਦੇਖਿਆ ਸੀ ਔਰ ਫਿਰ ਉਹ ਮੈਨੂੰ ਆਰਟ ਗੈਲਰੀ, ਮੇਰੇ ਗੁਰੂ ਨੇ ਅਤੁਲ ਮਹਿਰਾ, ਉਹਨਾਂ ਕੋਲ ਉਹਨਾਂ ਨੇ ਮੈਨੂੰ ਟ੍ਰੇਨਿੰਗ ਦਵਾਈ। ਮੈਂ ਹੋਬੀ ਕਲਾਸਿਸ, ਜਿਵੇਂ ਵਕੇਸ਼ਨਸ ਹੋਣੀਆਂ, ਮੈਂ ਸਰ ਕੋਲ ਚਲੇ ਜਾਣਾ ਆਪਣਾ ਕੰਮ ਕਰਨਾ। ਫਿਰ ਉਹ ਟੈਲੈਂਟ ਮੇਰਾ ਜਿਹੜਾ ਅੰਦਰ, ਥੋੜ੍ਹਾ ਥੋੜ੍ਹਾ ਕੰਮ ਮੈਂ ਜਿਹੜਾ ਉਹ ਕਰਦੀ ਗਈ, ਸਰ ਕੋਲੋਂ ਕੰਮ ਜਿਹੜਾ ਮੈਂ ਸਿੱਖਦੀ ਗਈ ਔਰ ਮੈਂ ਫਿਰ ਇਹਨੂੰ ਆਪਣੇ ਟੈਲੈਂਟ ਨੂੰ ਆਪਣੀ ਐਜੂਕੇਸ਼ਨ 'ਚ ਕੰਪਲੀਟ ਕੀਤਾ, ਫਿਰ ਆਪਣੇ ਟੈਲੈਂਟ ਨੂੰ ਐਜ਼ ਐਨ ਆਰਟਿਸਟ ਨੂੰ ਅੱਗੇ ਮੈਂ ਵਧੀ। ਕੋਈ ਯਾਦ ਹੈ ਫਸਟ ਟਾਈਮ 'ਤੇ ਕੀ ਤਿਆਰ ਕੀਤਾ ਹੋਏਗਾ ਜਿਸ ਨੂੰ ਦੇਖਣ ਵਾਲੇ ਨੇ ਕਿਹਾ ਹੋਵੇ ਕਿ ਹਾਂ ਇਹ ਬਹੁਤ ਵਧੀਆ, ਇਸ ਤੋਂ ਅੱਗੇ ਵੀ ਕੀਤਾ ਜਾ ਸਕਦਾ? ਹਾਂਜੀ ਬਿਲਕੁਲ, ਮੇਰੇ ਗੁਰੂ ਨੇ ਉਹਨਾਂ ਨੂੰ ਮੈਨੂੰ ਕੁਛ ਦਿੱਤਾ ਸੀ ਬਣਾਉਣ ਲਈ, ਮੈਨੂੰ ਟ੍ਰੀਜ਼ ਦਿੱਤੇ ਸੀ ਉਹਨਾਂ ਨੇ ਬਣਾਉਣ ਲਈ, ਅਤੇ ਉਹਨਾਂ ਨੇ ਮੈਨੂੰ ਦੇਖਦੇ ਕਿਹਾ ਸੀ ਹਾਂ ਬਹੁਤ ਅੱਛਾ ਤੁਹਾਡਾ ਕੰਮ ਹੈ, ਕਿਸੇ ਦਿਨ ਤੁਸੀਂ ਆਰਟਿਸਟ ਬਣੋਗੇ, ਬਹੁਤ ਅੱਛੇ ਆਰਟਿਸਟ ਬਣੋਗੇ।
ਸੋ ਉਹ ਮੇਰੇ ਗੁਰੂ ਦੇ ਜਿਹੜੇ ਵਰਡਸ ਨੇ ਉਹ ਬੜੇ ਪੱਕੇ ਸਾਬਿਤ ਹੋਏ ਨੇ ਕਿ ਮੇਰੇ ਵਿੱਚੋਂ ਜੋ ਉਹਨਾਂ ਨੇ ਹੁਨਰ ਪਾਇਆ ਵੈ ਜੋ ਗੁਣ ਉਹਨਾਂ ਨੇ ਮੈਨੂੰ ਦਿੱਤੇ ਨੇ ਉਹ ਮੈਂ ਕੰਟੀਨਿਊ ਕੀਤੇ ਅੱਗੇ। ਸੋ ਮੈਮ ਸਾਡੇ ਕੋਲ ਨਾ ਪੇਂਟਿੰਗ ਕੁਛ ਤਿਆਰ ਕੀਤੀ ਹੋਈਆਂ ਤੁਹਾਡੀਆਂ ਪਈਆਂ ਹੋਈਆਂ ਨੇ, ਮੈਂ ਚਾਹੁੰਦਾ ਕਿ ਉਹ ਕੁਛ ਪੇਂਟਿੰਗ ਜਿਹੜੀਆਂ ਤੁਸੀਂ ਸਮਝਾ ਸਕਦੇ ਹੋ ਆਸਾਨੀ ਨਾਲ, ਜਾਂ ਫਿੰਗਰ ਦੇ ਇਸ਼ਾਰੇ ਨਾਲ ਸਮਝਾ ਦਿਓ ਜਾਂ ਉਹਨਾਂ ਨੂੰ ਪਕੜ ਲਓ ਤੁਸੀਂ, ਇਹ ਕੀ ਚੀਜ਼ ਹੈ? ਇਹ ਕੌਫੀ ਆਰਟ ਜਿਹੜਾ ਹੈਗਾ ਬਣਿਆ ਹੋਇਆ ਇਸ ਪੇਂਟਿੰਗ ਦੇ ਵਿੱਚ, ਇਹਦੇ 'ਚ ਅਸੀਂ ਲੈਂਡਸਕੇਪ ਬਣਾਇਆ ਹੋਇਆ ਇਸ ਪੇਂਟਿੰਗ 'ਚ, ਜਿਹਦੇ 'ਚ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਹਦੇ 'ਚ ਹਟਸ ਬਣਾਈਆਂ ਹੋਈਆਂ ਨੇ, ਟਰੀਜ਼ ਜਿਹੜੇ ਹੈਗੇ ਉਹ ਬਣੇ ਹੋਏ ਤੁਹਾਨੂੰ ਦਿਖ ਰਹੇ ਨੇ, ਔਰ ਇੱਥੇ ਕੋਲ ਜਿਹੜੀ ਹੈ ਰਿਵਰ ਹੈ ਜਿਹੜੀ ਹੈ ਉਹ ਦਿਖਾਈ ਗਈ ਹੈ, ਔਰ ਰਿਵਰ ਦੇ ਸਾਈਡ ਇੱਕ ਕੋਰਨਰ ਦੇ ਉੱਤੇ ਬੋਟ ਜਿਹੜੀ ਹੈ ਉਹ ਖੜ੍ਹੀ ਹੋਈ ਦਿਖਾਈ ਗਈ ਹੈ, ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਪੇੜ ਬੜੇ ਘਨੇ ਬਣਾਏ ਹੋਏ ਨੇ ਸਾਰੇ, ਜਦੋਂ ਟਰੀਜ਼ ਦਾ ਕਾਵਿੰਗ ਜਿਹੜੀ ਕੀਤੀ ਉਹ ਬੜੀ ਘਨੀ ਕੀਤੀ ਹੋਈ ਹੈ। ਸੋ ਮੈਮ ਇਸ ਸਮਾਜ ਨੂੰ ਕੀ ਸੁਨੇਹਾ ਇਹਦੇ ਵਿੱਚੋਂ ਕੀ ਝਲਕਦਾ, ਕੀ ਪੇਸ਼ ਕਰਨਾ ਚਾਹਿਆ ਤੁਸੀਂ? ਮੈਂ ਦੇਖੋ ਇਹ ਪੇਸ਼ ਕਰਨਾ ਚਾਹਿਆ ਨੇਚਰ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਨੇਚਰ ਨੂੰ ਬਚਾਉਣਾ ਚਾਹੀਦਾ, ਸੇਫ ਕਰਨਾ ਚਾਹੀਦਾ ਇਹਨੂੰ, ਔਰ ਇਹਨੂੰ ਖਰਾਬ ਨਹੀਂ, ਜਿਹੜੀ ਕੁਦਰਤ ਰੱਬ ਨੇ ਬਣਾਈ ਹੈ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ, ਬਲਕਿ ਇਨਵਾਇਰਮੈਂਟ ਨੂੰ ਜਿਹੜਾ ਸਾਂਭ ਸੰਭਾਲ ਕਰਨੀ ਚਾਹੀਦੀ ਆ। ਇਸ ਤੋਂ ਇਲਾਵਾ ਕੁਝ ਧਾਰਮਿਕ ਹੋਣ, ਸੱਭਿਆਚਾਰਕ ਕੁਝ ਤਸਵੀਰਾਂ ਹੋਣ ਜਿਹੜੀਆਂ ਤੁਸੀਂ ਕੋਸ਼ਿਸ਼ ਕੀਤੀ ਹੋਵੇ ਕਿ ਪੇਂਟਿੰਗ ਦੇ ਜ਼ਰੀਏ ਪੇਸ਼ ਕੀਤੀਆਂ ਜਾਣ? ਹਾਂਜੀ ਬਿਲਕੁਲ, ਇਹ ਇੱਕ ਮੇਰੀ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਬਣੀ ਹੋਈ ਹੈ, ਇਹ ਓਮ ਬਣਾਏ ਗਏ ਨੇ ਇਸ ਪੇਂਟਿੰਗ 'ਚ, ਅਤੇ ਓਮ ਦੇ ਵਿੱਚ ਮੈਂ ਇੱਥੋਂ ਦੀ ਤੁਸੀਂ ਦੇਖ ਸਕਦੇ ਹੋ ਇੱਥੇ ਗਣੇਸ਼ਾ ਦਾ ਫੇਸ ਹੈ ਜਿਹੜਾ ਉਹ ਡਿਪਿਕਟ ਕੀਤਾ ਮੈਂ, ਠੀਕ ਹੈ। ਸੋ ਰੱਬ ਦੇ ਨਾਲ ਜੁੜੀ ਹੋਈ ਇੱਕ ਪੇਂਟਿੰਗ ਜਿਹੜੀ ਹੈ ਉਹ ਬਣਾਈ ਗਈ ਹੈ, ਸੋ ਲੋਕ ਹੈ ਗਣੇਸ਼ਾ ਨੂੰ ਪੂਜਦੇ ਨੇ, ਸੋ ਇਸ ਚੀਜ਼ ਨੂੰ ਮੈਂ ਇਹਦੇ ਵਿੱਚ ਪੇਂਟਿੰਗ ਕੌਫੀ ਆਰਟ ਦੇ ਵਿੱਚ ਇਹਨੂੰ ਡਿਪਿਕਟ ਕੀਤਾ। ਸੋ ਕੋਸ਼ਿਸ਼ ਕੀਤੀ ਹੈ ਕਿ ਕੁਦਰਤ ਦੇ ਨਾਲ ਨਾਲ ਪਰਮਾਤਮਾ ਨੂੰ ਵੀ ਨਤਮਸਤਕ ਹੋਇਆ ਜਾਵੇ ਆਪਣੀ ਕਲਾ ਦੇ ਜ਼ਰੀਏ? ਜੀ ਬਿਲਕੁਲ, ਕੁਦਰਤ ਦੇ ਨਾਲ ਨਾਲ ਪ੍ਰਭੂ ਦੇ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ, ਸੋ ਪ੍ਰਭੂ ਜਿਹੜੇ ਨੇ ਉਹ ਹਰ ਪਲ ਹਰ ਕਿਸੇ ਦੇ ਸਾਥ ਨੇ। ਸੋ ਮੈਮ ਇਹ ਤਾਂ ਗੱਲ ਹੋ ਗਈ ਕਿ ਤੁਸੀਂ ਪੇਂਟਿੰਗ ਦੇ ਜ਼ਰੀਏ ਜਿਹੜਾ ਨੇਚਰ ਨੂੰ ਵੀ ਉਭਾਰਿਆ, ਉਹ ਧਾਰਮਿਕ ਵੀ ਪੇਸ਼ਕਾਰੀ ਕੀਤੀ ਹੈ, ਇਹ ਤਾਂ ਤੁਹਾਡੀ ਦੇਣ ਹੋ ਗਈ ਕਲਾ ਨੂੰ, ਇਸ ਕਲਾ ਦੀ ਤੁਹਾਨੂੰ ਕੀ ਦੇਣ ਰਹੀ ਹੈ ਹੁਣ ਤੱਕ? ਕਲਾ ਦੀ ਬਹੁਤ ਦੇਣ ਰਹੀ ਹੈ ਮੈਨੂੰ, ਮੇਰੀ ਇੱਕ ਪਹਿਚਾਣ ਬਣੀ ਹੈ ਮੇਰੇ ਕੌਫੀ ਆਰਟ ਨਾਲ, ਲੋਕ ਮੈਨੂੰ ਜਾਣਦੇ ਨੇ ਐਜ਼ ਅ ਕੌਫੀ ਆਰਟਿਸਟ, ਔਰ ਮੇਰੇ ਸਟੂਡੈਂਟਸ ਬਹੁਤ ਪ੍ਰੇਜ਼ ਮਿਲੀ ਮੈਨੂੰ ਇਸ ਆਰਟ ਤੋਂ, ਆਪਣੇ ਕੌਫੀ ਆਰਟ ਤੋਂ। ਸੋ ਅਜੇ ਸਮਾਜ 'ਚ ਅਸੀਂ ਰਹਿੰਦੇ ਹਾਂ ਨਾ, ਅਤੇ ਸਾਡੇ ਪਹਿਲਾਂ ਸੋਚਣੀ ਪਤਾ ਕੀ ਹੈ ਜਦੋਂ ਲੋਕ ਸੋਚਦੇ ਨੇ ਸਾਡੇ ਕੰਮ ਨੂੰ ਲੈ ਕੇ ਕਿ ਇਹਦਾ ਇਨਕਮ ਸੋਰਸ ਕੀ ਹੈ? ਹਾਂਜੀ, ਸੋ ਮੈਂ ਜਾਣ ਸਕਦਾ ਕਿ ਇਸ ਪੇਂਟਿੰਗ ਦਾ ਇਨਕਮ ਸੋਰਸ ਕੀ ਹੈ, ਇਸ ਨੂੰ ਬਣਾਉਣ ਵਿੱਚ ਇਸ ਦੇ ਉੱਤੇ ਜੋ ਮਟੀਰੀਅਲ ਲੱਗਦਾ ਹੈ ਉਸ ਨੂੰ ਮੈਨੇਜ ਕਰਨ ਵਿੱਚ ਕਿੰਨਾ ਕੁ ਖਰਚਾ ਆ ਜਾਂਦਾ ਹੈ ਔਰ ਇਸ ਤੋਂ ਇਨਕਮ ਕੀ ਹੋ ਜਾਂਦੀ ਹੈ? ਹਾਂਜੀ ਦੇਖੋ, ਖਰਚਾ ਜਿਹੜਾ ਹੈਗਾ ਉਹ ਹਰ ਚੀਜ਼ ਨੂੰ ਬਣਾਉਣ ਦੇ ਵਿੱਚ ਆਉਂਦਾ ਹੀ ਆ, ਹਰ ਪੇਂਟਿੰਗ ਦਾ ਵੱਖੋ ਵੱਖਰਾ ਖਰਚਾ, ਵੱਡਾ ਸਾਈਜ਼ ਲਾਂਗੇ ਉਹਦਾ ਖਰਚਾ ਵੱਧ ਜਾਏਗਾ ਪੇਂਟਿੰਗ ਦਾ, ਸੋ ਸਮਾਨ ਜਿਹੜਾ ਆਉਂਦਾ ਬਲਕ 'ਚ ਆਉਂਦਾ, ਤੈਨੂੰ ਅਸੀਂ ਪੇਂਟਿੰਗਸ ਜਿਹੜੀਆਂ ਬਲਕ 'ਚ ਬਣਾਈ ਦੀਆਂ ਨੇ, ਬਾਕੀ ਐਗਜੈਕਟ ਅਮਾਊਂਟ ਹੁਣ ਤੁਸੀਂ ਇਸ ਪੇਂਟਿੰਗ ਨੂੰ ਕਿਸੇ ਨੇ ਜੇ ਬਾਏ ਕਰਨਾ, ਇਹ 3-4,000 ਦੀ ਰੇਂਜ 'ਚ ਪੇਂਟਿੰਗ ਹੈਗੀ ਹੈ ਮੇਰੀ। ਖਰਚਾ ਕਿੰਨਾ ਆ ਗਿਆ ਹੋਏਗਾ? ਖਰਚਾ ਵੀ ਦੇਖੋ, ਮੈਂ ਤੁਹਾਨੂੰ ਉਹੀ ਇੱਕ ਚੀਜ਼ ਕਹਿ ਰਹੀ ਹਾਂ ਨਾ ਕਿ ਸਾਡਾ ਸਮਾਨ ਜਦੋਂ ਆਉਂਦਾ, ਐਗਜੈਕਟ ਮੈਂ ਤੁਹਾਨੂੰ ਅਮਾਊਂਟ ਨਹੀਂ ਦੱਸ ਸਕਦੀ ਕਿ ਕਿੰਨਾ ਲਾਈਕ ਖਰਚਾ ਆਉਂਦਾ, ਬਟ ਹਾਂ ਇਹਦੇ 'ਚ ਮਿਹਨਤ ਬਹੁਤ ਹੁੰਦੀ ਹੈ ਇਸ ਕੰਮ 'ਚ, ਇੰਟਰੀਕੇਟ ਕਾਵਿੰਗ ਦਾ ਜਿਹੜਾ ਕੰਮ ਹੈਗਾ ਉਹ ਬਹੁਤ ਹੁੰਦਾ, ਸੋ ਟਾਈਮ ਲੈ ਜਾਂਦਾ। ਸੋ ਇਸ ਤੋਂ ਇਲਾਵਾ ਕੀ ਸ਼ੌਂਕ ਨੇ ਜਿਹੜੇ ਅਜੇ ਲੱਗਦਾ ਹੈ ਕਿ ਪੇਂਟਿੰਗ ਦੇ ਜ਼ਰੀਏ ਪੂਰੇ ਕੀਤੇ ਜਾ ਸਕਦੇ ਆ, ਜਾਂ ਸਮਾਜ ਦੀ ਕੋਈ ਤਸਵੀਰ ਹੈ, ਸੱਭਿਆਚਾਰ ਦੀ ਤਸਵੀਰ ਹੈ, ਧਾਰਮਿਕ ਖੇਤਰ ਨਾਲ ਜੁੜੀ ਹੋਈ ਤਸਵੀਰ ਹੈ, ਜਾਂ ਸਿਆਸਤ ਨਾਲ ਜੁੜੀ ਹੋਈ ਤਸਵੀਰ, ਇਹਨੂੰ ਪੇਸ਼ ਕੀਤਾ ਜਾ ਸਕਦਾ ਹੋਵੇ? ਹਾਂਜੀ, ਮੈਂ ਹੁਣ ਦੇਖੋ ਇਹਦੇ ਤੁਸੀਂ ਦੇਖ ਲਓ ਡਿਫਰੈਂਟ ਵਰਾਇਟੀਜ਼ 'ਚ ਕੰਮ ਜਿਹੜਾ ਹੈਗਾ ਉਹ ਕੀਤਾ ਹੋਇਆ, ਨੇਚਰ 'ਤੇ ਵੀ ਕੀਤਾ ਹੈ, ਰਿਲੀਜੀਅਸ ਕੰਮ ਵੀ ਕੀਤਾ ਹੈਗਾ, ਫਿਰ ਮੈਂ ਲਾਰਡ ਬੁੱਧਾ ਵੀ ਮੈਡੀਟੇਸ਼ਨ ਪੋਸਟ 'ਚ ਸ਼ੋਅ ਕੀਤੇ ਨੇ, ਸੋ ਹੁਣ ਮੈਂ ਅੱਗੇ ਚਾਹਾਂਗੀ ਕਿ ਉਹਨੂੰ ਪੋਰਟਰੇਟਸ 'ਚ ਕੌਫੀ ਆਰਟ ਨੂੰ ਬਣਾਵਾਂ, ਕਾਫੀ ਡਿਮਾਂਡ 'ਚ ਰਹਿੰਦੇ ਨੇ ਪੋਰਟਰੇਟਸ, ਲੋਕ ਕਾਫੀ ਡਿਮਾਂਡ ਕਰਦੇ ਨੇ, ਸੋ ਇਨ ਫਿਊਚਰ ਲੋਕਾਂ ਨੂੰ ਪੋਰਟਰੇਟਸ 'ਚ ਵੀ ਕੰਮ ਦੇਖਣ ਨੂੰ ਮਿਲੇਗਾ। ਸੋ ਪ੍ਰਦਰਸ਼ਨੀ ਵਗੈਰਾ ਵੀ ਕਿਤੇ ਲਗਾਈ ਹੋਈ ਹੈ, ਕੁਝ ਲੋਕਾਂ ਨੇ ਸਲਾਹਿਆ ਹੋਵੇ, ਕਿਸ ਤਰ੍ਹਾਂ ਦਾ ਪ੍ਰੋਗਰਾਮ ਔਰਗਨਾਈਜ਼ ਕੀਤਾ ਹੋਵੇ? ਹਾਂਜੀ ਹਾਂਜੀ, ਮੇਰੇ ਆਰਟ ਵਰਕਸ ਜਿਹੜੇ ਆ ਡਿਫਰੈਂਟ ਐਗਜੀਬਿਸ਼ਨਸ 'ਚ ਇੱਥੇ ਜਾਂਦੇ ਨੇ, ਆਲ ਓਵਰ ਇੰਡੀਆ ਜਾਂਦੇ ਨੇ, ਬਾਹਰ ਜਾਂਦੇ ਨੇ, ਸੋ ਅੱਜ ਕੱਲ੍ਹ ਜਿਹੜਾ ਕੰਮ ਹੈ ਔਨਲਾਈਨ ਚੱਲ ਰਿਹਾ, ਔਰ ਅੱਜ ਕੱਲ੍ਹ ਔਨਲਾਈਨ ਵਰਕ ਚਲਾ ਜਾਂਦਾ ਹੈ, ਜਿਹਨੇ ਕਿਸੇ ਨੇ ਔਡਰ 'ਤੇ ਕੰਮ ਮੰਗਵਾਉਣਾ ਹੋਏ ਉਹ ਔਨਲਾਈਨ ਮੇਰੇ ਨਾਲ ਜੁੜ ਸਕਦੇ ਨੇ, ਸੋ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਕਿਸ ਤਰ੍ਹਾਂ ਦਾ ਕੰਮ ਉਹਨਾਂ ਨੇ ਲੈਣਾ, ਕਿਸ ਤਰ੍ਹਾਂ ਦਾ ਕੰਮ ਉਹਨਾਂ ਨੂੰ ਬਣਵਾਉਣਾ,
ਤੋ ਸੋ ਫਿਰ ਉਹਨੂੰ ਕੰਮ ਉਹਨਾਂ ਤੱਕ ਪਹੁੰਚਾਏਗਾ। ਸੋ ਮੈਮ ਲਾਸਟ ਦੇ ਵਿੱਚ ਇਸ ਆਰਟ ਨਾਲ ਜੁੜੇ ਹੋਏ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਾਂ ਇਸ ਤੋਂ ਇਲਾਵਾ ਵੀ ਕੋਈ ਹੁਨਰ ਰੱਖਦਾ ਹੋਵੇ? ਹਾਂਜੀ ਬਿਲਕੁਲ, ਲੋਕ ਜਿਹੜੇ ਹਰ ਪ੍ਰਭੂ ਨੇ ਜਿਹੜਾ ਹੈ ਹਰ ਕਿਸੇ ਨੂੰ ਕੋਈ ਨਾ ਕੋਈ ਟੈਲੈਂਟ ਦੇ ਕੇ ਭੇਜਿਆ। ਸੋ ਆਪਣੇ ਟੈਲੈਂਟ ਨੂੰ ਅੰਦਰ ਤੱਕ ਆਪਣੇ ਤੱਕ ਸੀਮਿਤ ਨਾ ਰਹਿ ਦੇਣ, ਉਹ ਉਹਨੂੰ ਜ਼ਰੂਰ ਲੋਕਾਂ ਤੱਕ ਲੈ ਕੇ ਆਉਣ ਆਪਣੇ ਕੰਮ ਨੂੰ, ਔਰ ਜਿਸ ਨਾਲ ਕਿ ਲੋਕ ਉਹਨਾਂ ਨੂੰ ਦੇਖ ਸਕਣ, ਐਪਰੀਸ਼ੀਏਟ ਕਰ ਸਕਣ ਔਰ ਆਪਣਾ ਨਾਮ ਕਮਾ ਸਕਣ। ਸੈਟੀਸਫੈਕਸ਼ਨ ਹੈ ਤੁਹਾਡੀ ਇਸ ਆਰਟ ਨੂੰ ਲੈ ਕੇ? ਹਾਂਜੀ, ਆਰਟ ਨੂੰ ਲੈ ਕੇ ਮੇਰੀ ਸੈਟੀਸਫੈਕਸ਼ਨ ਹੈ, ਮੇਰਾ ਪ੍ਰੋਫੈਸ਼ਨ ਹੈ, ਠੀਕ ਹੈ। ਬਾਕੀ ਲੋਕਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਆਰਟਿਸਟ ਦਾ ਹੌਸਲਾ ਵਧਾਉਣ, ਆਰਟਿਸਟ ਦੀਆਂ ਪੇਂਟਿੰਗਸ ਜਿਹੜੀਆਂ ਨੇ ਉਹ ਬਾਏ ਕਰਨ, ਸੋ ਆਰਟਿਸਟ ਦਾ ਜਿਹੜਾ ਹੈ ਹੌਸਲਾ ਵਧੇ। ਸੋ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦੋਸਤੋ, ਆਰਟ ਨਾਲ ਜੁੜੀ ਹੋਈ ਤਸਵੀਰ ਅਸੀਂ ਤੁਹਾਡੇ ਰੂਬਰੂ ਕੀਤੀ ਹੈ, ਬਿਲਕੁਲ ਨਵੇਕਲੀ ਹੈ। ਜੇ ਮੰਨ ਲਿਆ ਜਾਵੇ ਤਾਂ ਮੈਂ ਵੀ ਪਹਿਲੀ ਵਾਰੀ ਦੇਖਿਆ ਕਿ ਕੌਫੀ ਦੇ ਨਾਲ ਵੀ ਕੋਈ ਜਿਹੜੀ ਪੇਂਟਿੰਗ ਤਿਆਰ ਕੀਤੀਆਂ ਜਾ ਸਕਦੀਆਂ ਨੇ। ਸੋ ਤੁਸੀਂ ਸਾਡੇ ਚੈਨਲ ਨਾਲ ਜੁੜਨਾ ਔਰ ਇਸ ਇੰਟਰਵਿਊ ਨੂੰ ਪੂਰਾ ਦੇਖਣਾ ਔਰ ਦੇਖ ਕੇ ਕਮੈਂਟ ਸ਼ੇਅਰ ਵੀ ਜ਼ਰੂਰ ਕਰਨਾ, ਜੋ ਚੰਗਾ ਲੱਗੇ ਤਾਂ ਸਾਡੀ ਵੀ ਹੌਸਲਾ ਅਫਜਾਈ ਜ਼ਰੂਰ ਕਰਨਾ, ਮੈਮ ਦੀ ਵੀ ਹੌਸਲਾ ਅਫਜਾਈ ਕਰਨਾ। ਸੋ ਦਾ ਅਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਮੈਂ ਸਵਾਗਤ ਕਰਾਂਗਾ। ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ, ਦਾ ਅਨਮਿਊਟ ਟੀਵੀ, ਅੰਮ੍ਰਿਤਸਰ।